ਕਿਹੜਾ ਅੰਬ ਦੱਸਿਆ ਜੀ? ਠੇਕਾ ਲਿਆ ਜੀ ਆਪਣੇ ਅੰਬ ਜੀ? ਇਹ ਸਾਡਾ ਆਪਣਾ ਬਾਗ ਹੈ ਮਸਾਂ ਨਾ ਸਾਂ ਜਗ੍ਹਾ ਸਰ ਜੀ, ਇਹ ਅੰਬ ਅਸੀਂ ਦੇ ਇਹ ਸਾਡੇ ਜੀ ਉਹ ਤਾਂ ਚੈੱਕ ਕਰੋ ਚੋਈ ਸਾਹਿਬ, ਬੜਾ ਮਿੱਠਾ ਅੰਬ ਜੀ ਹੈ ਵਿੱਚ ਲੱਗਿਆ ਸਮਝੇ ਕਿ ਇੱਥੇ ਨੇ ਜੀ। ਕਿੰਨੇ ਬੂਟੇ ਸਨ ਇੱਥੇ? ਸਾਰੇ ਸਾਈ ਬੂਟੇ ਆਪਣੇ ਬੂਟੇ ਜਾਤੀ ਜ਼ਮੀਨਾਂ 'ਚ। ਇੱਥਾਂ ਨਾਂ ਕਿਆ ਹੈਗਾ? ਬਾਬਰ। ਬਾਬਰ ਵੈਸੇ ਅੰਬਾਂ ਲਾਂਬ ਨਹੀਂ ਹੋਣਾ, ਕਿਆ ਕੰਮ ਕਰਨੇ ਵੈਸੇ ਉਸ? ਅਸਾਂ ਤਾਂ ਵਾਲੀ ਵੀ ਕੰਮ ਹੀ ਕਰਦੇ ਹਾਂ, ਮਿਸਤਰੀਆਂ ਮਜ਼ਦੂਰਾਂ ਦਾ। ਅਸਾਂ ਕਿਹਾ ਵੀ ਅੰਬਾਂ ਜੇ ਦਾ ਠੇਕਾ ਲੈ ਆਵਾ ਫਿਰ ਦਾ ਇੱਥੇ ਨੰਬਰ ਲਾ ਆਪਣੀਆਂ ਨਿੱਕੇ ਦੋ ਵੇਚਣੇ ਮੈਂ ਤਾਂ ਇੱਥੇ ਧਿਆਨ ਸ਼ਾਇਦ ਰੱਖਣੇ ਬਸ ਥੱਲੇ। ਬਸ ਅੱਜ ਛੁੱਟੀ ਆ, ਬਾਰਿਸ਼ ਆਈ ਇਸ ਵਜ੍ਹਾ ਤੋਂ। ਅੱਛਾ, ਵੈਸੇ ਕੰਮ ਸ਼ਾਮ ਹੋ ਰਿਹਾ? ਕੰਮ ਸ਼ਾਮ ਤਾਂ ਜੇ ਬਾਹਰ ਬੈਠਣ ਕਹਿ ਲੱਗਣੇ ਸਨ ਪਤਾ ਲਾ ਲਾ, ਉਹ ਵੀ ਮਿਸਤਰੀਆਂ ਕੰਮ ਹੈ, ਬਸ ਦੋ ਚਾਰ ਦਿਨ ਦਿਸਣੇ ਆ। ਬਸ ਹੀ ਦਿਹਾੜ ਰਿਹਾ ਕਿ ਮਹਿਲ, ਬਸ ਸਮਝੋ ਆਸਾਂ ਨੂੰ ਅੱਜ ਨਾ ਦਿਨ ਹੀ ਆ, ਇਹ ਵੀ ਬਾਰਿਸ਼ ਦੀ ਤਾਂ ਆਸਾਂ ਨਹੀਂ ਆਸਾਂ ਕੰਮ ਕਰੀਏ ਹੁਣ। ਮਤਲਬ ਤਾਜ਼ਾ ਮਿੱਠਾ ਮਿੱਠਾ ਨਹੀਂ ਹੋਣਾ ਸਹੀ, ਕਿਉਂਕਿ ਅੱਜ ਦਾ ਵਿੱਚ ਹੁਣ ਤੱਕ ਹੁਣ ਦੁੱਧ ਵਗਣ ਲੱਗੇ ਆ, ਇਹ ਤਾਜ਼ਾ ਡੱਠਾ ਨਾਲ ਦੁੱਧ ਨਿਕਲਣ ਲੱਗੇ ਆ, ਜਿਸ ਜਿਹਾਂ ਫਰੈਸ਼ ਨਹੀਂ ਹੋਣਾ, ਜਿਸ ਜਿਹਾਂ ਥੋੜ੍ਹੀ ਦੇਰ ਪਿਆਰ ਅਸੀਂ ਠੀਕ ਹੋ ਜਾਈਏ। ਸਮਝ ਆਇਆ ਹੁਣ ਤੁਸੀਂ ਘੰਟੇ ਬਾਅਦ ਚੁੱਕਣਾ ਇਹ ਕਿੰਨੇ ਕਿ ਲੈ ਆਉਂਦੇ ਜੀ? ਹਾਂ ਉੱਚਾ ਤਰਨੇ ਆ 15 20 ਕਿਲੋ ਲੈਣਗੇ। 15 ਸਾਡੇ ਜਨਾਬ ਚੌਧਰੀ ਸਾਹਿਬ ਅੰਬ ਪਾਸ ਕਰ ਰਹੇ ਨੇ। ਪਾਸ ਹੋਇਆ ਅੰਬ ਸਰ? ਸਰ ਅਸੀਂ ਜੇ ਚੁੱਕਿਆ ਮੈਂ ਤਾਂ ਸਮਾਨ ਬਏ ਸਮਝ ਲਈ ਆਈ ਤਾਂ ਮਿੱਠਾ ਅੰਬ ਹੈ ਸਭ ਤੋਂ। ਕਿਆ ਖਿਆਲ ਹੈ ਸਮਾਨ ਬਾਈ? ਜਨਾਬ ਇਹ ਅੰਬ ਹੈ ਜੀ, ਇੱਥੋਂ ਚੈੱਕ ਕੀਤਾ ਅੱਗੇ ਇਹ ਪੀਲਾ ਮੋਟਾ ਅੰਬ ਹੈ ਨਾ, ਚੌਧਰੀ ਸਾਹਿਬ ਚੈੱਕ ਕਰ ਰਹੇ ਡੰਗਾ ਉੱਪਰ ਉੱਪਰ ਇਹ ਕਿਹੜੀ ਜਗ੍ਹਾ ਕਿੰਨੇ ਵੈਸੇ ਅੰਬ ਨੇ ਛੱਪੜ ਵਿੱਚ
ਖਾਨ ਸਾਹਿਬ ਨੇ ਜੀ ਮੇਰੇ ਬੜੇ ਅਜ਼ੀਜ਼ ਦੋਸਤ ਨੇ ਮੈਂ ਇਹਨਾਂ ਵਾਸਤੇ ਦੁਆ ਕਰਨਾ ਕਿ ਅੱਲਾ ਦੀ ਜ਼ਾਤ ਪਾ ਕੇ ਇਹਨਾਂ ਨੂੰ ਅੱਛੀ ਸਿਹਤ عطا ਫਰਮਾਏ ਆਮੀਨ ਜੀ ਇੱਕ ਬਾਗ ਵਿੱਚ ਜਿਵੇਂ ਭਾਈ ਰਾਮ ਸੈਂਟਰ ਵੀ ਲਿਓ ਦੱਸ ਰਹੇ ਜਨਾਬ ਸਰੈਲਾ ਛੱਪੜ ਹੈ ਜਗ੍ਹਾ ਸਰੈਲਾ ਛੱਪੜ ਚੱਲਣੀ ਹੈ ਇਹ ਸਾਡੇ ਚੌਧਰੀ ਸਾਹਿਬ ਨੂੰ ਕੈਮਰਾ ਮਾਰੋ ਇਹ ਅੰਬ ਇਕੱਠੇ ਕਰ ਰਹੇ ਥੱਲੇ ਇਹਨਾਂ ਅੰਬ ਸ਼ਬ ਚੈੱਕ ਕੀਤੇ ਜਨਾਬ ਇੱਥੇ ਅੰਬ ਨੇ ਜੀ ਉਹ ਭਾਈ ਹੋਰ ਉਹ ਅੰਬ ਸ਼ਬ ਸਾਡੇ ਸਪੈਸ਼ਲ ਲਾ ਰਹੇ ਨੇ ਅਸਲ ਡਾਇਰੈਕਟ ਬਾਗ ਹੀ ਜਾਈਦੇ ਨੇ ਕਦੇ ਅੰਬ ਸੜਕ ਕੋਲ ਲੈ ਕੇ ਨਹੀਂ ਖਾਂਦੇ ਤਾਂ ਅਸੀਂ ਪਤਾ ਅਸੀਂ ਸਭ ਪਹਿਲੀ ਵੀਡੀਓ ਸਾਡੇ ਤੱਕ ਕੀ ਹੋ ਸੀ ਅਤੇ ਮਜ਼ੀਦ ਅੱਗੇ ਅਸੀਂ ਦੱਸਣੇ ਆ ਸਾਡੇ ਨਾਲ ਜੁੜੇ ਰਹੋ ਚਲੋ ਜੀ ਇਹਦਾ ਸ਼ੁਰੂ ਕਰੀਏ ਤਾਂ ਫਿਰ ਕੋਈ ਨਹੀਂ ਦੀ ਯਾਰ ਸਾਡੀ ਸੋਚ ਨਹੀਂ ਬਸ ਲੈ ਨਾ ਤੂੰ ਮਾਕੜੀ ਨਹੀਂ ਪਾਣੀ ਹੈ ਇਹ ਇੱਕੋ ਕਿਸਮ ਦਾ ਅੰਬ ਹੈ ਜੀ ਇਹ ਜੀ ਕਾਲਾ ਅੰਬ ਤੇ ਤੁਹਾਨੂੰ ਚੈੱਕ ਕਰਕੇ ਦੱਸਣੇ ਕਿਹਦਾ ਅਨਾ ਕੰਮ ਇਹ ਜੀ ਕਾਲਾ ਅੰਬ ਤੇ ਤੁਹਾਨੂੰ ਚੈੱਕ ਕਰਕੇ ਦੱਸਣੇ ਕਿਹਦਾ ਹੈ ਬਾਕੀ ਹੋਰ ਅੰਬ ਵੀ ਇੱਥੇ ਹਨ ਪੇ ਇੱਥੇ ਕੋ ਨਹੀਂ ਕਿੰਨੇ ਕਿੰਨੇ ਅਸੀਂ ਕੋ ਲਈਏ ਕਿੰਨੇ ਅੰਬ ਮਿੱਠਾ ਮਿੱਠਾ ਅੰਬ ਠੀਕ ਹੈ ਅੱਗੇ ਤੁਹਾਨੂੰ ਚੈੱਕ ਕਰਾਉਣੇ ਫਿਰ ਕੋ ਨਹੀਂ ਗੱਲ ਨਾ ਕੋਈ ਟੈਨਸ਼ਨ ਨਹੀਂ ਆ ਰਹੀ ਇਹ ਮਾਕੜੀਆਂ ਨਾ ਬੋਲ ਲਓ ਮਾਕੜੀਆਂ ਨਹੀਂ ਆ ਅੰਬ ਕਿਹੜਾ ਜੇ ਇਹ ਕਾਲਾ ਜੀ ਕਾਲਾ ਅੰਬ ਇਹ ਜਿਹੜਾ ਹਾਂ ਇਹ ਲਾਉਂ ਨਹੀਂ ਜਾਣਾ ਚੌਧਰੀ ਸਾਹਿਬ ਨੇ ਕੱਲਿਆ ਸਾਰੇ ਅੰਬ ਖਾ ਕੇ ਡਕਾਰ ਮਾਰਿਆ ਜੀ ਉਸਮਾਨ ਭਾਈ ਅੰਬ ਚੁੱਕ ਕੇ ਲੈ ਗਏ ਇੱਕ ਮੇਰਾ ਤੇ ਇੱਕ ਆਪਣਾ ਹਾਂਜੀ ਉਸਮਾਨ ਭਾਈ ਇਹ ਸਾਰੇ ਅੰਬ ਕਿਸ ਚੂਸੇ ਜੇ ਪੇੜ ਇੱਥੇ ਜਨਾਬ ਰਲ ਮਿਲ ਕੇ ਸਾਰੇ ਜੀ ਮੈਂ ਚਾਹਾਂ ਚੌਧਰੀ ਸਾਹਿਬ ਪੇਸ਼ ਕਰ ਸਾਰੇ ਹਾਂਜੀ ਚੌਧਰੀ ਸਾਹਿਬ ਸੈੱਟ ਇੱਧਰ ਦਿਓ ਮਿੱਠਾ ਦਿਓ ਬਿਸਮਿਲਲਾ ਚੈੱਕ ਕਰੀਏ ਇਹ ਜਨਾਬ ਚੌਧਰੀ ਸਾਹਿਬ ਅੰਬ ਦਿੱਤਾ ਤੇ ਚੈੱਕ ਕਰਨਾ ਕਿਸਾ ਹਾਂਜੀ ਮਿੱਠਾ ਹਾਂ ਚੌਧਰੀ ਸਾਹਿਬ ਗੁੱਡ ਹੋ ਗਿਆ ਜਨਾਬ ਅੰਬ ਸ਼ਮ ਖਾ ਰਹੇ ਨਾ ਸਾਹਿਬ ਅਸਲਾਮ ਵਾਲੇਕੁਮ ਜੀ ਨਾਜ਼ਰੀਨ ਅੰਬ ਸ਼ਮ ਖਾ ਰਹੇ ਸਾਰਿਆਂ ਥੋੜੇ ਅੰਬ ਘਰ ਵਾਸਤੇ ਲਏ ਨੇ ਇਹ ਬਾਗ ਹੈ ਸਾਰਾ ਸੋਹਣਾ ਬਾਗ ਚਲੀ ਆ ਚਲੋ ਜੀ ਠੀਕ ਆ ਜੀ ਮਿਲਨੇ ਅਸੀਂ ਅੱਗੇ ਜੱਗ ਗਏ ਤਾਂ ਫਿਰ ਤਾਂ ਅੱਲਾ ਹਾਫਿਜ਼ ਹਾਂਜੀ ਕਿਆ ਨਾਂ ਦੱਸ ਸਨੂਰੀ ਅੰਬੀ ਹੈ ਸਨੂਰੀ ਤੇ ਸ਼ੱਕਰ ਅੰਗਰ ਮਿੱਠੀ ਅੰਬੀ ਹੈ ਅੱਛਾ ਜੀ ਨਾਜ਼ਰੀਨ ਇਹ ਦੋ ਹੀ ਅੰਬ ਲੱਭੇ ਨੇ ਠੀਕ ਹੈ ਇੱਕ ਖਾਧਾ ਉਸਮਾਨ ਭਾਈ ਨੇ ਤੇ ਥੋੜ੍ਹਾ ਸਾਰੇ ਚੈੱਕ ਕੀਤਾ ਵਾਕਈ ਸ਼ੱਕਰ ਅੰਬ ਹੈ ਇਸਦਾ ਨਾਂ ਸ਼ੱਕਰ ਅੰਬ ਹੈ ਠੀਕ ਹੈ ਬਹੁਤ ਹੀ ਮਿੱਠਾ ਅੰਬ ਹੈ ਤੇ ਐਂਡ ਲੱਗ ਗਿਆ ਬਸ ਆਖਰੀ ਅੰਬ ਰਹਿ ਗਿਆ ਜੀ ਇਹਦਾ ਠੀਕ ਹੈ ਜਨਾਬ ਅਸਲਾਮ ਵਾਲੇਕੁਮ ਬਹੁਤ ਬਹੁਤ ਸ਼ੁਕਰੀਆ ਭਾਈ ਮਾਸ਼ਾ ਕਾਫੀ ਅੱਛੇ ਤੇ ਕਾਫੀ ਮਿੱਠੇ ਅੰਬ ਇਹਨਾਂ ਨੇ ਚਲੋ ਜੀ ਸਾਨੂੰ ਨਿਕਲਣ ਲੱਗੇ ਨਾਜ਼ਰੀਨ